ਹੁਣ ਭਿੱਖੀ ਵਿੰਡ ਵਿੱਚ ਵੀ ਖੁੱਲ ਗਈ ਵੱਡੀ ਦੁਕਾਨ ਜਿਸ ਉੱਪਰ ਤੁਹਾਨੂੰ ਲੋਹੇ ਅਤੇ ਸਟੀਲ ਦਾ ਕੰਮ ਤਸੱਲੀ ਬਖਸ਼ ਅਤੇ ਘੱਟ ਰੇਟ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਮਿਲ ਸਕਦਾ। ਇੱਥੇ ਗੇਟ, ਗ੍ਰਿਲ, ਪੌੜੀਆਂ, ਰੇਲਿੰਗ, ਚਗਾਠਾਂ ਆਦਿ ਲੋਹੇ ਅਤੇ ਸਟੀਲ ਦੇ ਵਾਜਬ ਰੇਟ ਉੱਪਰ ਤਸੱਲੀ ਬਖਸ਼ ਤਿਆਰ ਕੀਤੇ ਜਾਂਦੇ ਆ। ਉਹ ਤੁਹਾਡੇ ਨਾਲ ਗੱਲਬਾਤ ਕਰਾਉਣੇ ਹਾਂ ਉਸ ਦੁਕਾਨਦਾਰ ਦੀ। ਚਗਾਠਾਂ ਦੀ ਬਹੁਤ ਲੋੜ ਹੁੰਦੀ ਆ, ਅਸੀਂ ਕਦੀ ਕਿਸੇ ਪਾਸੇ ਜਾਂਦੇ ਹਾਂ ਕਦੀ ਕਿਸੇ ਪਾਸੇ, ਪਰ ਸਾਨੂੰ ਨਹੀਂ ਪਤਾ ਲੱਗਦਾ ਉਹ ਚਗਾਠਾਂ ਕਿੱਥੋਂ ਮਿਲਦੀਆਂ, ਕਿਵੇਂ ਦੀਆਂ ਮਿਲਦੀਆਂ। ਸੋ ਸਾਡੇ ਨਾਲ ਇੱਥੇ ਜਿਹੜੇ ਆ ਉਹ ਵੀਰ ਮੌਜੂਦ ਆ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹ ਚਗਾਠਾਂ ਮਿਲਦੀਆਂ, ਕਿੰਨੇ ਚਿਰ 'ਚ ਤਿਆਰ ਹੁੰਦੀਆਂ। ਨਵੀਂ ਉਹਨਾਂ ਜਿਹੜੀ ਇੱਕ ਬਹੁਤ ਵੱਡੀ ਮਸ਼ੀਨ ਲਿਆਂਦੀ ਆ ਇਸ ਨੂੰ ਤਿਆਰ ਕਰਨ ਲਈ, ਅਤੇ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਰਾ ਪ੍ਰੋਜੈਕਟ ਆਪਣੇ ਹਰਮਨਪ੍ਰੀਤ ਸਿੰਘ ਵੀਰ ਜੀ ਸਿੱਧਾ ਨਾਮ। ਕਿਹੜਾ ਪਿੰਡ ਤੁਹਾਡਾ? ਆਪਣਾ ਵੀਰ ਜੀ ਡਲ। ਅੱਛਾ, ਤੇ ਕਿਹੜੀ ਰੋਡ ਤੇ ਦੁਕਾਨ ਹੈ? ਖੇਮਗੜ ਰੋਡ ਤੇ ਵੀਰ ਜੀ। ਕਿੱਥੇ ਲੋਕੇਸ਼ਨ? ਲੋਕੇਸ਼ਨ ਵੀਰ ਜੀ ਆ ਸ਼ੈਲਰ ਦੇ ਬਿਲਕੁਲ ਸਾਹਮਣੇ। ਕੀ ਕੀ ਜਿਹੜਾ ਦੁਕਾਨ ਦੇ ਉੱਤੇ ਤਿਆਰ ਕਰਦੇ ਹੋ ਵੀਰ ਜੀ? ਲੋਹੇ ਦਾ ਕੰਮ ਸਾਰਾ ਹੁੰਦਾ ਵਾ, ਸਟੀਲ ਦਾ ਕੰਮ ਵੀ ਸਾਰਾ ਹੁੰਦਾ ਵਾ, ਤੇ ਜਿਹੜੀਆਂ ਚਗਾਠਾਂ ਚੱਲਦੀਆਂ ਅੱਜ ਕੱਲ੍ਹ ਉਹ ਵੀ ਆਪਾਂ ਤਿਆਰ ਕਰੀਦੀਆਂ ਮਸ਼ੀਨਾਂ ਦੀ। ਹਾਂਜੀ, ਮਸ਼ੀਨ ਦੇ ਨਾਲ ਭਾਈ ਤਿਆਰ ਕਰਦੇ ਆ। ਹਾਂਜੀ, ਆਹ ਮਸ਼ੀਨ ਇਸ ਤਰ੍ਹਾਂ ਦਾ ਰੇਟ ਜਿਹੜਾ ਬਾਜ਼ਾਰ ਨੂੰ ਵਾਜਬ ਰੇਟ ਹੈ ਜਾਂ ਕਿਸ ਤਰ੍ਹਾਂ ਦੀ? ਵੀਰ ਜੀ ਬਾਜ਼ਾਰ ਨੂੰ ਆਪਣਾ ਸਭ ਤੋਂ ਲੈਸ ਰੇਟ ਆ, ਸਟੀਲ ਦਾ ਵੀ ਵੀਰ ਜੀ, ਸਟੀਲ ਵੀ ਆਪਣੇ ਕੋਲ ਪਈ ਆ। ਹਾਂਜੀ, ਸਟੀਲ ਦਾ ਵੀ ਜਿੱਦਾਂ ਦੀ ਕੋਈ ਗਾਹਕ ਕਹੂਗਾ ਉਦਾਂ ਦੀ ਆਪਾਂ ਸਟੀਲ ਲਾ ਕੇ ਦਵਾਂਗੇ ਉਹਨਾਂ ਨੂੰ, ਤੇ ਰੇਟ ਆਪਣਾ ਸਭ ਤੋਂ ਲੈਸ ਹੋਊਗਾ। ਕਿੰਨੇ ਟਾਈਮ ਦੇ ਵਿੱਚ ਇੱਕ ਜਗਾੜ ਜਿਹੜੀ ਉਹ ਰੈਡੀ ਕਰ ਦਿੰਦੇ ਆ? ਵੀਰ ਜੀ ਇੱਕ ਜਗਾੜ ਉਹ 10 ਮਿੰਟਾਂ 'ਚ ਕਰ ਦਿੰਦੇ, 10 ਮਿੰਟ ਵੀ ਜ਼ਿਆਦੇ ਆ, 10 ਮਿੰਟ ਤੋਂ ਘੱਟ। ਘਰੋਂ ਹੀ ਤੁਹਾਨੂੰ ਫੋਨ ਕਰਨਾ ਹੋਵੇ? ਹਾਂਜੀ, ਤੇ ਕਿਹੜਾ ਨੰਬਰ ਤੁਹਾਡਾ ਚੱਲਦਾ ਜਿੰਨਾ ਸੰਪਰਕ ਹੋ ਸਕਦਾ? 7441 ਵਾਲਾ ਚੱਲਦਾ ਮਤਲਬ, ਸਾਰਾ ਬੋਲ 7441 9773। ਇੱਕ ਵਾਰ ਫਿਰ 7441 9773। ਅੱਜ ਕੱਲ ਜਿਸ ਤਰ੍ਹਾਂ ਚਗਾਠਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਪਹਿਲਾਂ ਆਪਾਂ ਬਿਲਡਿੰਗ ਕਰਦੇ ਹਾਂ, ਜਿਹੜਾ ਜਾਂ ਕਬਜ਼ੇ ਲਾਉਂਦੇ ਆ। ਹਾਂਜੀ ਹਾਂਜੀ, ਹੋਰ ਕੀ ਸਿਸਟਮ ਹੈਗਾ ਵੀਰ ਜੀ? ਸਿਸਟਮ ਆ ਆ ਵੀ ਕਬਜ਼ੇ ਆਪਾਂ ਬਿਲਡਿੰਗ ਨਹੀਂ ਕਰਨੇ। ਅੱਛਾ ਜੀ। ਹਾਂਜੀ, ਇਹ ਚਗਾੜ ਦੇ ਪਿਛਲੀ ਸਾਈਡ ਆਪਾਂ ਬਿਲਡਿੰਗ ਨਹੀਂ ਕਰਨਾ, ਇਹਨੂੰ ਆਪਾਂ ਲਾ ਦੇਣਾ ਵਾ ਰਿਵਟ ਦੇ ਨਾਲ। ਆ ਰਿਵਟਾਂ ਆਪਣੇ ਕੋਲ, ਆ ਰਿਵਟ, ਇਹ ਰਿਵਟ ਲਾ ਦੇਣੀ ਆਪਾਂ ਇੱਦਾਂ ਕਰਕੇ, ਬਿਲਡਿੰਗ ਨਹੀਂ ਕਰਨੀ। ਕਿਹੜੇ ਕਿਹੜੇ ਔਜ਼ਾਰ ਹੈ ਜਿਹੜੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ, ਤੇ ਬਾਜ਼ਾਰ ਦੇ ਵਿੱਚ ਜਿਹੜੇ ਆ ਸਹੂਲਤਾਂ ਨਹੀਂ ਹੈ ਨਾ ਜਿਹੜੀਆਂ ਤੁਹਾਡੇ ਕੋਲ, ਜਿਸ ਤਰ੍ਹਾਂ ਇੱਕ ਮਸ਼ੀਨ ਹੋ ਗਈ? ਹਾਂਜੀ, ਹੋਰ ਕੀ ਕੀ ਆ? ਉਹ ਵੀਰ ਜੀ ਡਾਈਆਂ ਵਾ ਸਾਰਾ, ਮਤਲਬ ਆਪਣੇ ਕੋਲ ਮਟੀਰੀਅਲ ਬਾਰੇ ਦੱਸੋ ਬਾਰੇ। ਭਾਜੀ ਇਹਦੇ ਵਿੱਚ ਸਟੀਲ ਜਦੋਂ ਪਾਉਣੇ ਨਾ ਵਿੱਚ, ਆ ਦੇਖੋ ਆਹ ਚੀਜ਼ ਹੋ ਗਈ, ਵੀਰ ਜੀ ਜੋ ਬਾਜ਼ਾਰ ਦੇ ਵਿੱਚ ਭਾਅ ਵਾ ਉਹ ਤੋਂ ਆਪਾਂ ਲੈਸ ਕਰਕੇ ਦੇਵਾਂਗੇ, ਜਿਹੜੀ ਹੈਵੀ ਚਾਦਰ ਆ ਉਹਦਾ ਆਪਾਂ 100 ਰੁਪਏ ਰੇਟ ਲਾਵਾਂਗੇ, ਸਕੇਅਰ ਫੁੱਟ ਦੇ ਹਿਸਾਬ ਨਾਲ ਚੱਲਦਾ ਵਾ, ਜਿਹੋ ਜਿਹਾ ਵੀ ਕੰਮ ਹੋਊਗਾ ਉਹੋ ਜਿਹਾ ਕਰਕੇ ਦੇਵਾਂਗੇ। ਜੇ ਮੰਨ ਲਓ ਵੀਰ ਜੀ ਕੋਠੀ ਦਾ ਕੰਮ ਆ ਨਾ, ਫਿਰ ਹਫ਼ਤਾ 1 ਲੱਗੂਗਾ, ਅਤੇ ਜੇ ਮੰਨ ਲਓ 3-4 ਜਗਾਠਾਂ ਵਾ ਫਿਰ 2 ਦਿਨਾਂ ਦੇ ਅੰਦਰ ਅੰਦਰ। ਵੀਰ ਜੀ ਇਹ ਚਗਾਠਾਂ ਬੈਂਡ ਕਰਦੀ ਆ, ਬੈਂਡ ਕਰਕੇ ਸਟੀਲ ਦਾ ਕੰਮ ਵੀ ਦਿੰਦੀ ਹੈ ਸਭ ਤੋਂ ਵੱਡੀ ਜਿਹੜੀ। ਹਾਂਜੀ ਹਾਂਜੀ, ਸਭ ਤੋਂ ਵੱਡੀ ਵੀਰ ਜੀ। ਹਾਂਜੀ, ਵੀਰ ਜੀ ਆਪਣੇ ਤੋਂ ਮਸ਼ੀਨ ਆ, ਇਲੈਕਟ੍ਰੋਨਿਕ ਮਸ਼ੀਨ ਆ। ਇਹਦਾ ਕੀ ਕੰਮ ਆ? ਕੰਮ ਇਹਦਾ ਵੀਰ ਜੀ ਜਿਸਤੀ ਚਗਾਠਾਂ ਬਣਾਉਂਦੀ ਆ, ਤੇ ਆਪਣੇ ਜੋ ਆਪਣੇ ਏਰੀਏ 'ਚ ਸਾਰੇ ਤੋਂ ਮੇਰੇ ਤੋਂ ਵੱਡੀ ਮਸ਼ੀਨ ਆ ਸਭ ਤੋਂ। ਹਾਂਜੀ, ਸਟੀਲ ਦਾ ਕੰਮ ਵੀਰ ਜੀ ਕਰਦੀ ਆ, ਤੇ ਮਤਲਬ ਸਾਰਾ ਕਰਦੀ ਆ। ਆਪਣੇ ਕਿੰਨੇ ਟਾਈਮ 'ਚ ਕਰ ਦਿੰਦੇ ਹੋ ਰੰਗ ਜੇ ਇੱਕ ਟਰਾਲੀ ਨੂੰ ਕਰਨਾ ਹੋਵੇ? ਹਾਂਜੀ, ਇੱਕ ਟਰਾਲੀ ਨੂੰ ਰੰਗ ਕਰਨਾ ਹੋਵੇ 2 ਘੰਟੇ ਲੱਗ ਜਾਂਦੇ। ਹਾਂਜੀ, ਵੈਲਡਿੰਗ ਦੂਜਾ ਇਹਨੂੰ ਮਾਰਨਾ, ਇਹ ਹੋਰ ਕੋਈ ਚੀਜ਼ ਮਾਰ ਦੇਵੇ ਉਹ ਮੇਰੀ।
रेट वीर जी का 110 रुपये आप लवेंगे बाजार के 150 रुपया भी लाई जाते 130 भी लाई जाते हैं। आप तैयार करके देवे 110 रुपये रंग मार के देवे। वीर ने आ मशीन लिया है नवी तो ये ग्रिला तंदरे बारिया जी जिश्ती चादर नवी आईया ओदियां चगाठा चलन दियां इह सोनू वीर ने मशीन लियांदी आ ते वधिया जिश्ती चादरां इहदे कोलों बन के चगाठा तैयार करदा वधिया तो वधिया इहदे कोल आओ ते वीर ने तुहानूं मोबाइल नंबर दस्सिया ही आ इहदे नाल संपर्क करो तुसीं।